खुद ਨੂੰ ਹਾਈਕੋਰਟ ਦਾ ਜੱਜ ਦੱਸ ਕੇ ਧੋਖਾਧੜੀ ਕਰਨ ਵਾਲਾ ਕਾਬੂ। ਗੱਡੀ ਅੱਗੇ ਲਖਵਾ ਰੱਖਿਆ ਸੀ ਜੁਡੀਸ਼ੀਅਲ ਮੈਜਿਸਟ੍ਰੇਟ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਅਕਤੀ ਦੀ ਰਿਹਾਇਸ਼ ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੇ ਖੁਦ ਨੂੰ ਜੱਜ ਦੱਸਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਕੋਲੋਂ ਜੁਡੀਸ਼ੀਅਲ ਮੈਜਿਸਟ੍ਰੇਟ ਲਿਖੀ ਪਲੇਟ ਸਮੇਤ ਗੱਡੀ ਵੀ ਬਰਾਮਦ ਕੀਤੀ ਗਈ। ਗ੍ਰਿਫਤਾਰ ਵਿਅਕਤੀ ਦੀ ਪਛਾਣ ਮੀਸ਼ੂ ਧਿਰ ਪੁੱਤਰ ਗੁਜਰਮਲ ਧੀਰਵਾਸੀ ਮਕਾਨ ਨੰਬਰ 1222 ਗਲੀ ਨੰਬਰ 1 ਸ਼ਾਸਤਰੀ ਨਗਰ ਮਜੀਠਾ ਰੋਡ ਅੰਮ੍ਰਿਤਸਰ ਵਜੋਂ ਹੋਈ। ਦਰਅਸਲ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇਸ ਮੀਸ਼ੂ ਧਿਰ ਨਾਮ ਦਾ ਵਿਅਕਤੀ ਗਲੀ ਨੰਬਰ 1 ਸ਼ਾਸਤਰੀ ਨਗਰ ਮਜੀਠਾ ਰੋਡ ਵਿਖੇ ਰਹਿ ਰਿਹਾ ਹੈ, ਜੋ ਆਪਣੇ ਆਪ ਨੂੰ ਹਾਈਕੋਰਟ ਦਾ ਜੱਜ ਦੱਸਦਾ ਹੈ। ਉਸਨੇ ਆਪਣੇ ਪ੍ਰਾਈਵੇਟ ਗੱਡੀ 'ਤੇ ਝੰਡੀ ਲਗਾਈ ਹੋਈ ਸੀ ਅਤੇ ਗੱਡੀ ਦੇ ਅੱਗੇ ਨੇਮ ਪਲੇਟ ਉੱਪਰ ਜੁਡੀਸ਼ੀਅਲ ਮੈਜਿਸਟ੍ਰੇਟ ਲਿਖਵਾ ਰੱਖਿਆ ਹੈ। ਉਸ ਵਿਅਕਤੀ ਕੋਲੋਂ ਜੱਜ ਹੋਣ ਸੰਬੰਧੀ ਕੋਈ ਵੀ ਡਿਗਰੀ ਨਹੀਂ ਹੈ ਅਤੇ ਜੱਜ ਦੇ ਨਾਂ 'ਤੇ ਲੋਕਾਂ ਨਾਲ ਧੋਖੇਧੜੀ ਕਰਦਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਅਕਤੀ ਦੀ ਰਿਹਾਇਸ਼ 'ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਹ ਆਪਣੇ ਜੱਜ ਹੋਣ ਸੰਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਜ਼ਰ ਕੀਤਾ ਜਾਵੇਗਾ ਅਤੇ ਉਸ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਸਾਨੂੰ ਜੀ ਇੱਕ ਨਾ ਕੱਲ੍ਹ ਸ਼ਾਮ ਨੂੰ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਿਸ਼ੂ ਧੀਰ ਨਾਮ ਦਾ ਬੰਦਾ ਜੋ ਆਪਣੇ ਆਪ ਨੂੰ ਹਾਈਕੋਰਟ ਦਾ ਜੱਜ ਦੱਸਦਾ ਜਾਂ ਫੈਮਿਲੀ ਕੋਰਟ ਦਾ ਮੈਜਿਸਟਰੇਟ ਦੱਸਦਾ ਵਾ, ਅਤੇ ਉਹ ਆਪਣਾ ਨਾਮ ਨੂੰ ਦੀ ਦੁਰਵਰਤੋਂ ਕਰਕੇ ਕਾਫੀ ਲੋਕਾਂ ਨਾਲ ਧੋਖਾਧੜੀ ਅਤੇ ਜਾਲਸਾਜੀ ਕਰ ਰਿਹਾ। ਇਸ ਤੋਂ ਬਾਅਦ ਅਸੀਂ ਜਦੋਂ ਵੈਰੀਫਾਈ ਕੀਤੀ ਤਾਂ ਇਹ ਇਨਫੋਰਮੇਸ਼ਨ ਬਿਲਕੁਲ ਸੱਚ ਨਿਕਲੀ ਅਤੇ ਮਿਸ਼ੂ ਧੀਰ ਨਾਮ ਦਾ ਇਨਸਾਨ ਜਿਸਨੇ ਕਿ ਇੱਕ ਆਪਣੀ ਪ੍ਰਾਈਵੇਟ ਗੱਡੀ ਜਿਸ ਦੇ ਉੱਤੇ ਨੀਲੀ ਬੱਤੀ ਲਗਾਈ ਹੋਈ ਹੈ ਅਤੇ ਮੂਹਰੇ ਆਨਰੇਬਲੀ ਮੈਜਿਸਟਰੇਟ ਜੱਜ ਵੀ ਲਿਖਿਆ ਹੋਇਆ, ਜੋ ਕਿ ਆਪਣੀ ਕਾਰ 'ਤੇ ਜਿਸਨੇ ਆਪਣੇ ਫਲੈਗ ਝੰਡੀ ਵੀ ਲਗਾਈ ਹੋਈ ਹੈ, ਇਹ ਆਪਣਾ ਨਾਂ ਵਰਤ ਕੇ ਕਾਫੀ ਲੋਕਾਂ ਨਾਲ ਠੱਗਾ ਠੁਰੀ ਕਰ ਰਿਹਾ ਹੈ। ਇਸ ਤੋਂ ਬਾਅਦ ਅਸੀਂ ਇਹਨੂੰ ਅਰੈਸਟ ਕਰਕੇ ਇਹਦੇ 'ਤੇ ਪਰਚਾ ਦਰਜ ਕੀਤਾ ਜੀ 420 467 468 71 IPC, ਅਤੇ ਇਸ ਤੋਂ ਬਾਅਦ ਵਾਧਾ ਜੁਰਮ 170 IPC ਅਤੇ ਨਾਲ ਇਨਸਲਟ ਟੂ ਨੈਸ਼ਨਲ ਫਲੈਗ ਆਫ ਇੰਡੀਆ ਐਕਟ ਦੇ ਤਹਿਤ ਕਾਰਵਾਈ ਕੀਤੀ ਹੈ ਜੀ। ਇਹ ਸਾਡੇ ਧਿਆਨ ਦੇ ਵਿੱਚ ਕੁਛ ਦਿਨਾਂ ਤੋਂ ਹੀ ਆਇਆ ਹੈ, ਜੋ ਕਿ ਇੱਕ ਇਸਨੇ ਇੱਕ ਜਾਅਲੀ ਅਪੁਆਇੰਟਮੈਂਟ ਲੈਟਰ ਵੀ ਆਪਣੇ ਕੋਲ ਲੈ ਰੱਖਿਆ ਸੀ, ਜੋ ਕਿ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਵੱਲੋਂ ਇਸ਼ੂ ਹੋਇਆ ਸੀ। ਜਦੋਂ ਅਸੀਂ ਇਸਨੂੰ ਵੈਰੀਫਾਈ ਕੀਤਾ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਤੋਂ ਤਾਂ ਸਾਡੇ ਸਾਹਮਣੇ ਆਇਆ ਕਿ ਇਹ ਬਿਲਕੁਲ ਫੇਕ ਹੈ। ਇਸ ਤੋਂ ਬਾਅਦ ਅਸੀਂ ਇਸਨੂੰ ਵੀ ਆਪਣੇ ਡਾਕੂਮੈਂਟ ਨੂੰ ਕਬਜ਼ੇ ਵਿੱਚ ਪੁਲਿਸ ਵਿੱਚ ਲਿਆ ਵਾ ਅਤੇ ਇਸ ਦੇ ਖਿਲਾਫ਼ ਟੈਂਪਰਿੰਗ ਆਫ ਡਾਕੂਮੈਂਟਸ ਦੇ ਤਹਿਤ ਕਾਰਵਾਈ ਕੀਤੀ ਹੈ। ਜੋ ਇਹ ਮਿਸ਼ੂ ਧੀਰ ਆ ਜੀ, ਇਹ ਆਪਣੇ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਪੁਲਿਸ ਸਟੇਸ਼ਨ ਸਦਰ ਅੰਮ੍ਰਿਤਸਰ ਦੇ ਰਹਿਣ ਵਾਲਾ ਅਤੇ ਜੋ ਆਪਣੇ ਆਪ ਨੂੰ ਜੱਜ ਦਿੱਲੀ ਹਾਈਕੋਰਟ ਜਾਂ ਪੰਜਾਬ ਹਾਈਕੋਰਟ ਤੋਂ ਦੱਸਦਾ। ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਜੀ, ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਕਿ ਡਾਕੂਮੈਂਟ ਕਿੱਥੋਂ ਤਿਆਰ ਕੀਤਾ ਗਿਆ ਜਾਂ ਕਿੱਥੋਂ ਮੰਗਵਾਇਆ ਗਿਆ ਹੈ, ਅਤੇ ਜੋ ਵੀ ਫਰਦਰ ਬੰਦਾ ਇਨਵੋਲਵ ਹੋਊਗਾ ਇਸ ਚੀਜ਼ ਦੇ ਵਿੱਚ ਉਸਨੂੰ ਵੀ ਅਸੀਂ ਨਾਮਜ਼ਦ ਕਰਕੇ ਇਸ ਮੁਕਦਮੇ ਦੇ ਵਿੱਚ ਅਰੈਸਟ ਕਰਾਂਗੇ। ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਅਤੇ ਕੀ ਚੀਜ਼ ਲੈ ਕੇ ਇਸ ਜੱਜ ਦੀ ਬੋਸ ਨੂੰ ਵਰਤ ਰਿਹਾ ਸੀ? ਇਸ ਤੋਂ ਪਹਿਲਾਂ ਜੀ ਇਹਦੇ 'ਤੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ, ਨਾ ਇਸ ਦੇ ਖਿਲਾਫ਼ ਕੋਈ ਮੁਕੱਦਮਾ ਵਾ, ਬਟ ਇਹ ਪਹਿਲਾ ਮੁਕੱਦਮਾ ਇਸ ਦੇ ਖਿਲਾਫ਼ ਰਜਿਸਟਰ ਹੋਇਆ ਅਤੇ ਇਸ ਦੇ ਵਿੱਚ ਅਸੀਂ ਅਰੈਸਟ ਕਰਾਂਗੇ।